ਹਾਂਜੀ ਦੋਸਤੋ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਠੱਠੀਆਂ ਮਹੰਤਾਂ, ਤਹਿਸੀਲ ਅਤੇ ਜ਼ਿਲ੍ਹਾ ਸ਼੍ਰੀ ਤਰਨ ਤਾਰਨ ਸਾਹਿਬ ਪਹੁੰਚੇ ਹਾਂ ਵੀਰ ਬਚਿੱਤਰ ਸਿੰਘ ਦੇ ਕੋਲ। ਪਸ਼ੂ ਜਿਹੜੇ ਦੋਸਤੋ ਅੱਜ ਆਪਾਂ ਇਸ ਘਰੋਂ ਤੁਹਾਨੂੰ ਤਿੰਨ ਦਿਖਾ ਦਾਂਗੇ। ਦੋ ਬੈੜਾਂ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ, ਇੱਕ ਡੱਬੀ ਬੈੜ ਐੱਚ ਐੱਫ ਦਿਖਾ ਦਾਂਗੇ, ਇੱਕ ਕਰੋਸ ਅੰਗ ਦੇ ਵਿੱਚ ਤੁਹਾਨੂੰ ਬੈੜ ਦਿਖਾਵਾਂਗੇ ਜਿਹੜੀ ਕੋਈ 15 ਕੁ ਦਿਨਾਂ ਦੀ ਸੂਈ ਆ, ਅਤੇ 1-2 ਕੁ ਮਹੀਨੇ ਦੀ ਉੱਚੀ ਜਿਹੜੀ ਬੈੜ ਹੈਗੀ ਆ ਬਿਨ ਬੱਚੇ ਤੋਂ, ਠੀਕ ਆ ਜੀ, ਹੱਥ ਵਾਲਾ। ਸੋ ਇਹ ਤਿੰਨ ਪਸ਼ੂ ਜਿਹੜੇ ਵਿਕਾਊਗਾ। ਅਤੇ ਜੇਕਰ ਦੋਸਤੋ ਸਰਿਆਲੀ ਦੀ ਮੇਨ GT ਰੋਡ ਨੈਸ਼ਨਲ ਹਾਈਵੇ ਤੋਂ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਠੱਠੀਆਂ ਮਹੰਤਾਂ, ਤੁਸੀਂ ਵਿਜਿਟ ਕਰਨੀ ਆ ਦਰਗਾਹਪੁਰ ਅਤੇ ਜੱਲ੍ਹੇਵਾਲ ਪਿੰਡ, ਕੋਈ 3-3 ਕਿਲੋਮੀਟਰ ਦੀ ਦੂਰੀ ਆ। ਸਰਿਆਲੀ ਦੀ ਗੱਲ ਕਰ ਲਈਏ ਤਾਂ 3 ਕਿਲੋਮੀਟਰ, ਅਤੇ ਨਸ਼ਹਿਰਾ ਪੰਨੂਆ ਵੀ 4 ਕਿਲੋਮੀਟਰ ਦੂਰ ਆ। ਹਰੀ ਕੇ ਪੱਤਣ ਤੋਂ ਕੋਈ 14 ਕਿਲੋਮੀਟਰ ਦੀ ਦੂਰੀ ਆ ਠੱਠੀਆਂ ਮਹੰਤਾਂ। ਅਤੇ ਇੱਕ ਪਾਸੇ ਜੇਕਰ ਆਪਾਂ ਤਰਨ ਤਾਰਨ ਦੀ ਗੱਲ ਕਰ ਲਈਏ ਤਾਂ ਕੋਈ 15 ਕਿਲੋਮੀਟਰ ਹੈਗੇ, ਠੀਕ ਆ। ਅਤੇ ਇੱਕ ਪਾਸੇ ਮੋਹਨਪੁਰਾ ਅਤੇ ਬ੍ਰਹਮਪੁਰਾ ਪਿੰਡ ਨਾਲ ਆ ਗਏ। ਮੋਹਨਪੁਰਾ 2 ਕਿਲੋਮੀਟਰ, ਹਾਂਜੀ, 5 ਕਿਲੋਮੀਟਰ, ਇੱਧਰੋਂ ਚੋਹਲਾ ਸਾਹਿਬ 7 ਕਿਲੋਮੀਟਰ ਹੈ, ਠੀਕ ਆ। ਇਹ ਜਿਹੜਾ ਖਾਸ ਏਰੀਆ ਹੈਗਾ ਜਿੱਥੇ ਤੁਸੀਂ ਖਾਸ ਵਿਜਿਟ ਕਰਨੀ ਆ ਪਿੰਡ ਠੱਠੀਆਂ ਮਹੰਤਾਂ। ਅਤੇ ਮੇਰੇ ਨਾਲ ਵੀਰ ਬਚਿੱਤਰ ਸਿੰਘ ਆ। ਥੋੜ੍ਹਾ ਚਿਰ ਪਹਿਲਾਂ ਪਸ਼ੂ ਵਪਾਰ ਦਾ ਕੰਮ ਕਰਦੇ ਸੀ, ਫਿਲਹਾਲ ਵਿੱਚ ਜੇ ਛੱਡ ਦਿੱਤਾ, ਹੁਣ ਇੱਕ ਵਾਰੀ ਫਿਰ ਜਿਹੜਾ ਨਵਾਂ ਕੰਮ ਸ਼ੁਰੂ ਕੀਤਾ। ਅਤੇ ਸਾਰੇ ਵੀਰਾਂ ਨੇ ਸਾਥ ਦੇਣਾ ਤੁਸੀਂ, ਪਸ਼ੂ ਜਿਹੜੇ ਆ ਬਿਲਕੁਲ ਭਾਅ ਪੜਤੇ ਵਾਲੇ ਵਾਜਬ ਰੇਟਾਂ ਵਾਲੇ ਹੋਣਗੇ। ਸੋ ਬਾਕੀ ਆਪਦੇ ਹਿਸਾਬ ਨਾਲ ਵੀਰ ਕੋਈ ਜਿੰਨਾ ਮਰਜ਼ੀ ਮੁੱਲ ਤੁਸੀਂ ਲਗਾ ਸਕਦੇ ਹੋ, ਪਰ ਉਸ ਤੋਂ ਪਹਿਲਾਂ ਪਸ਼ੂ ਘਰ ਵਿਜਿਟ ਕਰਕੇ ਤਸੱਲੀ ਕਰ ਲਿਓ, ਨਰਕ ਪਰਖ ਕਰ ਲਿਓ। ਉਨੇ ਵਾਲਾ ਪਸ਼ੂ ਹੋਇਆ ਤਾਂ ਤੁਸੀਂ ਉਹਨਾਂ ਮੁੱਲ ਜ਼ਰੂਰ ਭਰ ਸਕਦੇ ਹੋ। ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ। ਅਤੇ ਅੱਜ ਤਰੀਕ ਦੋਸਤੋ 9 ਜੂਨ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ। ਸਮਾਂ ਤੁਸੀਂ ਨੋਟ ਕਰ ਸਕਦੇ ਹੋ, 5:30 ਵਜੇ ਸ਼ਾਮ ਦਾ ਸਮਾਂ ਹੈਗਾ। ਸਭ ਤੋਂ ਪਹਿਲਾਂ ਵੀਰ ਬਚਿੱਤਰ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਜੀ? ਹਾਂਜੀ ਹਾਂਜੀ ਵਧੀਆ। ਬਚਿੱਤਰ ਭਾਈ, ਪਸ਼ੂ ਵਪਾਰ ਦਾ ਕੰਮ ਮੈਂ ਦੱਸਿਆ ਵੀ ਪਹਿਲਾਂ ਤੁਸੀਂ ਕਰਦੇ ਰਹੇ ਹੋ। ਹਾਂਜੀ ਭਾਜੀ, ਵਿੱਚੋਂ ਛੱਡਤਾ, ਫਿਰ ਉਹਨੂੰ ਸ਼ੁਰੂ ਕੀਤਾ, ਫਿਰ ਹੁਣ ਨਵਾਂ ਸ਼ੁਰੂ ਕਰ ਲਿਆ। ਹਾਂਜੀ ਹਾਂਜੀ, ਇੱਕ ਇਹ ਨਾ ਵੀ ਚੀਜ਼ ਜਿਹੜੇ ਬੰਦੇ ਕੰਮ ਕਰਦੇ ਰਹੇ, ਹੁਣ ਪਿਛੋਕੜ ਹੋਵੇ ਪੁਰਾਣਾ, ਹਾਂਜੀ ਹਾਂਜੀ, ਵਿੱਚ ਛੱਡ ਦਈਏ ਤਾਂ ਮਨ ਨਹੀਂ ਲੱਗਦਾ ਫਿਰ ਦੁਬਾਰਾ ਫੜਨਾ ਪੈਂਦਾ, ਉਹ ਗੱਲਬਾਤ ਆ ਜੀ। ਚਲੋ ਵਧੀਆ ਜੀ। ਅਤੇ ਰੇਟ ਭਾਅ ਪੜਤਾ ਵੀ ਬਿਲਕੁਲ ਜਾਇਜ਼ ਹੀ ਹੁੰਦਾ ਪਸ਼ੂਆਂ ਦਾ। ਹਾਂਜੀ ਹਾਂਜੀ। ਅਤੇ ਵੀਰ ਜੀ, ਪਹਿਲੇ ਨੰਬਰ ਤੋਂ ਆਪਾਂ ਜਿਹੜੀ ਤਾਜ਼ੀ ਸੂਈ ਐੱਚ ਐੱਫ ਦੀ ਡੱਬੀ ਬੈੜ ਇੱਥੋਂ ਸਟਾਰਟ ਕਰ ਲਈਏ। ਆਹ ਦੋਸਤੋ ਤੁਸੀਂ ਵੇਖ ਰਹੇ ਹੋ, ਪਹਿਲੇ ਨੰਬਰ 'ਤੇ ਆਪਾਂ ਜਿਹੜੀ ਆ ਸਟਾਰਟ ਕੀਤੀ ਆ ਐੱਚ ਐੱਫ ਬੈੜ ਆ, ਠੀਕ ਆ ਜੀ। ਸੂਆ ਵੀਰ ਕਿਨਵਾਂ ਸੂਈ ਆ? ਦੂਜਾ ਸੂਈ ਦੇਣ ਕਿੰਨੇ ਹੋ ਗਏ? ਤੀਜਾ ਦੇਣ ਜੀ। ਅੱਛਾ, ਤੀਜਾ ਦੇਣਾ। ਥੱਲੇ ਬੱਚਾ ਵੱਛੀ ਹੈ, ਹੈ ਨਾ? ਵੱਛੀ ਆ ਮਗਰ। ਅਤੇ ਬੌਲੇ ਦੇ ਉੱਪਰ ਚੱਲਣ ਲਈ ਕਿੰਨਾ ਕੁ ਬੌਲਾ ਹਾਜ਼ਰ ਆ? 12 ਕਿਲੋ ਆ। ਫੁੱਲ ਵੱਡੇ ਕੱਦ ਬੋਤ ਦੀ ਆ ਦੋਸਤੋ, ਕੱਦ ਕੱਢ ਵੇਖੋਗੇ ਤਾਂ ਬਹੁਤ ਚੰਗੀ ਬੈੜ ਆ, ਵੱਡੇ ਕੱਦ ਕੱਢਦੀ ਆ। ਅਤੇ ਆਹ ਥਣ ਭਾਂਡਾ ਹੈਗਾ, ਬਿਲਕੁਲ ਹੱਥੀ ਚਵਾਈ ਵਾਲਾ ਜਿਹੜਾ ਥਣ, ਠੀਕ ਆ। ਆਹ ਦੇਖੋ ਥਣ ਭਾਂਡਾ ਸਾਫ਼ ਆ, ਬਿਲਕੁਲ ਮੁੱਠੀ ਵਾਲਾ ਥਣ, ਜਿਵੇਂ ਆਪਾਂ ਨੋਰਮਲ ਗੱਲ ਕਰ ਲੈਂਦੇ ਹਾਂ ਵੀ ਹੱਥੀ ਚਵਾਈ ਜਿਹੜੇ ਭੈਣ ਭਰਾ ਨੇ ਕਰਨੀ ਆ, ਵੀ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਂਦੀ, ਠੀਕ ਆ। ਥੋੜ੍ਹਾ ਜਿਹਾ ਅੱਗੋਂ ਮੋੜ ਲਿਆਓ ਜੀ, ਤੋਰ ਜਾ। ਆਹ ਦੇਖੋ, ਬਾਕੀ ਦੁੱਧ ਜਿਹੜਾ ਦੋਸਤੋ ਅੱਗੇ ਸੇਵਾ ਤਾਂ ਆਪਾਂ ਕਹਿ ਸਕਦੇ ਹਾਂ, ਬਾਕੀ ਨੋਰਮਲੀ ਗੱਲ ਕਰੀਏ ਤਾਂ 18-20 ਲੀਟਰ ਏਡੇ ਕੱਦ ਵਜਨ ਵਾਲੀ ਬੈੜ ਨੂੰ ਦੋਸਤੋ ਕੋਈ ਵੱਡਾ ਨਹੀਂ, 20 ਤੋਂ ਪਲੱਸ ਜੀ। ਹਾਂਜੀ, ਵੀਰ ਆਪਾਂ 20 ਤੋਂ ਪਲੱਸ ਬਚਿੱਤਰ ਸਿੰਘ ਕਹਿੰਦਾ ਵੀ ਕਰੂਗੀ। ਬਾਕੀ ਹੁਣ 12 ਕਿਲੋ ਬੌਲਾ ਜਿਹੜਾ ਦੋਸਤੋ ਤੁਸੀਂ ਜਿਹਦੀ ਚਵਾਈ ਹੁਣ ਭਾਂਡੇ 'ਚ ਪੈਂਦਾ, ਉਨੀ ਚਵਾਈ ਕਰਕੇ ਤੁਸੀਂ ਲੈ ਕੇ ਜਾ ਸਕਦੇ ਹੋ 12 ਕਿਲੋ ਦੀ, ਠੀਕ ਆ। ਅਤੇ ਸੋਹਣੇ ਕੱਦ ਕਰਦੀ ਆ, ਸੋਹਣੇ ਵਜਨ ਦੀ। ਬਾਕੀ ਸੀ ਉਸਲਾ ਕੋਈ ਉਹ ਜੀ ਨਹੀਂ ਗੀ। ਆ ਦੇਖੋ, ਕੋਈ ਡਰਾਕਲ ਭਜਾਕਲ ਜੀ ਨਹੀਂ? ਨਹੀਂ ਨਹੀਂ। ਤਾਂ ਬਚਿੱਤਰ ਭਾਈ, ਰੱਸੀ ਕੋਈ ਨਿਆਣਾ ਜੂਟ ਪਾ ਲੈਂਦੇ? ਹਾਂਜੀ, ਜੂਟ ਬੰਗਾ ਪਾ ਲੇਗਾ। ਬੰਗਾ ਪਾਉਂਦੇ ਜੀ? ਹਾਂਜੀ, ਠੀਕ ਆ। ਉਹਦਾ ਹੈਲਦੀ ਨਹੀਂ, ਪਾ ਲੇਗਾ, ਠੀਕ ਆ। ਚਲੋ, ਉਹ ਵੀ ਇੱਕ ਮਤਲਬ ਕਿ ਆਪਾਂ ਕਹਿ ਲਈਏ ਚੰਗੀ ਆਦਤ ਹੈ ਪਸ਼ੂਆਂ ਨੂੰ, ਬਿਲਕੁਲ। ਤੇ ਕੋਈ ਲੜ ਛੱਪਾ ਮਾੜਾ ਮੋੜ ਜਾ ਹਿੱਲਦਾ, ਬਿਲਕੁਲ ਬਿਲਕੁਲ। ਲਿਆਓ ਵੀਰ ਜੀ, ਬੰਨ ਲਈਏ।
ਤੇ ਆਹ ਫੇਸ ਕੁਆਲਿਟੀ ਦੋਸਤੋ ਬਿਲਕੁਲ ਛੋਟਾ ਜਿਹਾ ਕੰਨ ਆ ਤੇ ਬਿਲਕੁਲ ਜਿਵੇਂ ਆਪਾਂ ਕਹਿ ਲਈਏ ਪਸ਼ੂ ਤਾਂ ਫਿਰ ਸੂ ਦੇ ਵਿੱਚ ਫਿਲਹਾਲ ਕੱਦ ਘੱਟ ਚੰਗਾ ਅਤੇ ਵੈਰ ਬਿਲਕੁਲ ਜਿਹੜਾ ਸੇਵਾ ਕੋਲ ਥੋੜ੍ਹੀ ਜਿਹੀ ਆਪਾਂ ਦੋ ਚੋਂ ਦਿਨ ਦੇ ਵਿੱਚ ਮੇਨਟੇਨ ਆਪਣੀ ਆਪਦੇ ਆਪ ਨੂੰ ਜਿਹੜੀ ਆ ਸਿਹਤ ਨੂੰ ਕਰ ਲਊਗੀ ਠੀਕ ਆ ਅਤੇ ਚੁਆਈ 'ਚ ਵੀ ਵੀਰ ਬਚਿੱਤਰ ਕਿਹੋ ਜਿਹੀ ਆ ਵੀਰ ਜੀ ਬਿਲਕੁਲ ਮੋਗਾ ਦੇ ਅੱਛਾ ਇੱਕ ਨੰਬਰ ਵੀ ਮੋਟੀ ਧਾਰ ਹੈ ਮੋਟੀ ਧਾਰ ਪੋਲੀ ਆ ਠੀਕ ਹੈ ਚੋ ਗਿਆ ਫਿਰ ਚੋ ਕੇ ਵਿਖਾ ਦਾਂਗੇ ਆਪਾਂ ਠੀਕ ਹੈ ਧਾਰ ਮਾਰ ਦਾਂਗੇ ਨਹੀਂ ਮਾਰ ਦਾਂਗੇ ਜ਼ਰੂਰ ਧਾਰਾਂ ਜੀ ਤਾਂ ਬਚਿੱਤਰ ਭਾਈ ਮੁੱਲ ਭੈਣ ਭਰਾਵਾਂ ਨੂੰ ਕਿੱਥੋਂ ਕੁ ਤੱਕ ਲੈਣ ਦੇਣ ਵੀਰ ਜੀ ਮੁੱਲ ਕਰਨ ਨੂੰ ਭਾਵੇਂ 60 ਗੱਲ ਜਾਂ 50 ਹਜ਼ਾਰ ਦੀਆਂ ਦੇ ਦੇ 55 ਦੀ ਹਾਂਜੀ ਉਹਦੇ 'ਚ ਕੋਈ ਮਾਂ ਘਰੇ ਆ ਤਾਂ ਮਾਨ ਤੁਹਾਨੂੰ ਥੋੜ੍ਹਾ ਬਿਲਕੁਲ ਕਰਾਂਗੇ ਜੀ ਜੋੜ ਛਾਪਾ ਹੋ ਜੂ ਹਾਂਜੀ ਕਰਾਂਗੇ ਠੀਕ ਹੈ ਭਰਾ 55,000 ਦੀ ਦੋਸਤੋ ਹਾਂ ਨਾ ਜਿਹੜੀ ਹੈਗੀ ਅਤੇ ਉਹਦੇ 'ਚ ਕੋਈ ਮਾਨ ਤੁਹਾਨੂੰ ਘਰੇ ਆਇਆ ਤਾਂ ਜ਼ਰੂਰ ਹੋਊਗਾ ਹਾਂਜੀ ਠੀਕ ਆ ਤਾਂ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਵੈਰ ਦਿਖਾਉਣੀ ਆ ਅਤੇ ਦੂਜੇ ਨੰਬਰ 'ਤੇ ਜਿਹੜੀ ਇਹ ਵੈਰ ਆ ਠੀਕ ਆ ਅਤੇ ਸੂਆ ਵੀਰ ਕਿਨਮਾ ਸੂਈ ਦਾ ਸਮਾਂ ਕਿੰਨਾ ਹੋ ਗਿਆ ਇਹਨੂੰ ਇਹਨੂੰ ਵੀਰ ਜੀ 2 ਮਹੀਨੇ ਹੋ ਗਏ ਸੂਈ 2 ਮਹੀਨੇ ਹੋ ਗਏ ਹਾਂਜੀ ਅਤੇ ਦੂਜੇ ਹੁਣ ਪ੍ਰੈਜੈਂਟ ਟਾਈਮ ਦੀ ਹੁਣ ਗੱਲ ਕਰੀਏ ਮੌਜੂਦਾ ਟਾਈਮ ਦੀ ਕਿੰਨਾ ਕੁ ਦੁੱਧ ਜਿਹੜਾ ਜਿਹੜਾ ਆਪਾਂ ਚਵਾ ਦਾਂਗੇ ਘਰੋਂ ਚਵਾ ਦਾਂਗੇ ਘਰੋਂ ਠੀਕ ਹੈ 8 ਕਿਲੋ ਭਰਾਵੋ ਦੁੱਧ ਜਿਹੜਾ ਤੁਸੀਂ ਚੋਣਾ ਅਤੇ ਭਾਂਡੇ 'ਚ ਪੈਂਦਾ ਬਿਲਕੁਲ ਦੁੱਧ 8 ਕਿਲੋ ਆ ਥਣ ਥੁਣ ਬਿਲਕੁਲ ਵਧੀਆ ਮੁੱਠੀ ਵਾਲਾ ਥਣ ਅਤੇ ਦੋਸਤੋ ਕੋਈ ਛੋਟਾ ਥਣ ਹੋਇਆ ਤਾਂ ਆਪਾਂ ਬਿਲਕੁਲ ਜ਼ਿਕਰ ਕਰ ਦਾਂਗੇ ਵੀ ਛੋਟਾ ਥਣ ਆ ਠੀਕ ਆ ਚਵਾਈ ਹੱਥੀ ਵਾਲਾ ਜਿੱਠਾ ਅਤੇ ਦੂਜਾ ਸੂਆ ਅਤੇ 2 ਮਹੀਨੇ ਦਾ ਸਮਾਂ ਹੋ ਗਿਆ ਠੀਕ ਆ 2 ਮਹੀਨੇ ਉੱਚੇ ਆ ਸੂਬੇ ਦੇ ਵਿੱਚ ਆ ਅਤੇ ਬਿਨ ਬੱਚੇ ਹੋ ਆ ਜੀ ਹਾਂਜੀ ਹਾਂਜੀ ਬਸ ਇਸੇ ਤਰ੍ਹਾਂ ਪਹਾੜੇ ਚਾੜਦੇ ਹਾਂਜੀ ਇੱਦਾਂ ਹੀ ਪਹਾੜਾ ਥੋੜ੍ਹਾ ਜਿਹਾ ਪਾ ਲਿਆ ਪਹਾੜੇ ਚਾੜਾ ਪਾ ਲਿਆ ਠੀਕ ਆ ਠੀਕ ਆ ਦਿਖਾ ਲਈਏ ਜੀ ਭਰਾਵਾਂ ਨੂੰ ਲਓ ਵੀ ਦੋਸਤੋ ਅਤੇ ਬਾਕੀ ਹੋ ਸਕਦਾ ਦੋਸਤੋ ਵੀ ਛੋਟੇ ਵੱਡੇ ਪਸ਼ੂ ਵੀ ਛੋਟੇ ਫਾਰਮਰ ਨੇ ਬਿਲਕੁਲ ਜਿਨ੍ਹਾਂ ਨੇ ਥੋੜ੍ਹਾ ਪੈਸਾ ਵੀਰਾਂ ਨੇ ਖਰਚ ਕਰਨਾ ਅਤੇ 2 ਮਹੀਨੇ ਪਸ਼ੂ ਚੱਲਦਾ ਬਹੁਤਾ ਵੀਰੇ ਜਿਹੜੇ ਕਹਿੰਦੇ ਆ ਵੀ 8-10 ਲੀਟਰ ਵਾਲਾ ਪਸ਼ੂ ਚਲੋ ਖਰੀਦਣਾ ਥੋੜ੍ਹੇ ਪੈਸੇ ਲਾ ਕੇ ਰਾਜੀ ਆ ਉਹਨਾਂ ਲਈ ਹਰ ਤਰ੍ਹਾਂ ਦਾ ਪਸ਼ੂ ਜਿਹੜਾ ਆਪਾਂ ਵਿਖਾਉਣ ਦਾ ਯਤਨ ਕਰਦੇ ਰਹਿੰਦੇ ਹਾਂ ਅਤੇ ਆਹ ਤੁਸੀਂ ਵੇਖ ਸਕਦੇ ਹੋ ਵੱਡੇ ਕੱਦ ਘੱਟ ਦੇ ਵਿੱਚ ਕੱਦ ਘੱਟ ਉੱਚਾ ਹੈਗਾ ਠੀਕ ਆ ਠੀਕ ਆ ਠੀਕ ਆ ਜੀ ਬਾਕੀ ਸੂਆ 2 ਕੁ ਮਹੀਨੇ ਦਾ ਅਤੇ 8 ਕਿਲੋ ਜਿਹੜਾ ਬਿਲਕੁਲ ਹਾਜ਼ਰ ਦੁੱਧ ਇਹਦੇ ਕੋਲ ਹੁਣ ਠੀਕ ਆ ਤੇ ਬਚਿੱਤਰ ਭਾਈ ਫਿਰ ਲੈਣ ਦੇਣ ਇਸ ਦੂਜੇ ਨੰਬਰ ਵਾਲੀ ਬੈਠ ਦਾ ਕਿੰਨਾ ਕੁ ਮੁੱਲ ਇਹਦਾ ਵੀਰ ਜੀ ਮੁੱਲ 20,000 ਦੀ ਦੇ ਦਾਂਗੇ 20,000 ਤੇ 20,000 ਦੀ ਹਾਂ ਨਾ ਜਿਹੜੀ ਆ ਹਾਂਜੀ ਹਾਂ ਨਾ ਤੋਂ ਬਾਕੀ ਲਾਸਟ ਐਂਡ ਫਾਈਨਲ ਤੇ ਇੱਕ ਤੁਹਾਨੂੰ ਬੈਠ ਦਿਖਾਉਣੇ ਆ ਤੇ ਬਚਿੱਤਰ ਭਾਈ ਥਣੋ ਤੁਸੀਂ ਦੱਸਿਆ ਵੀ ਤੇਲ ਆ ਜੀ ਮਗਰ ਬਹਿਣੀ ਵਾਲਾ ਮਗਰਲਾ ਤੇਲ ਜੀ ਬਹਿਣੀ ਵਾਲਾ ਉਲਟ ਬਹਿਣੀ ਵਾਲਾ ਉਲਟ ਬਹਿਣੀ ਵਾਲਾ ਹਾਂਜੀ ਉਲਟ ਬਹਿਣੀ ਵਾਲਾ ਤੇ ਸੂਆ ਕਿਨਮਾ ਸੂਈ ਹੈ ਤੇ ਜੇ ਸੂਏ ਜੀ ਤਾਜੀ ਸੂਈ ਨੇ ਵੀ ਹਾਂਜੀ 15 ਦਿਨਾਂ ਦੀ ਸੂਈ ਅੱਛਾ 15 ਕਿ ਦਿਨ ਹੋ ਗਏ ਆ ਹਾਂਜੀ ਠੀਕ ਆ ਥਣ ਥੋੜਾ ਵੇਖ ਲਓ ਮੱਝਾਂ ਵਾਲਾ ਥਣ ਅੱਜ 15 ਕਿ ਦਿਨ ਹੋ ਗਿਆ ਦੋਸਤੋ ਤੇ ਦੁੱਧ ਹੁਣ ਕਿੰਨਾ ਕੁ ਚਵਾ ਦਾਂਗੇ ਜੀ ਦੁੱਧ ਦੇ ਥਲੇ ਭਾਜੀ 8 ਕਿਲੋ ਪੱਕਾ ਜਿਹੜਾ ਨੇ 8 ਕਿਲੋ ਬੱਚੇ ਪਸੰਦ ਠੀਕ ਹੈ ਬੱਚਾ ਥਲੇ ਮਗਰ ਬੱਚੀ ਹਾਂਜੀ ਬੱਚੀ ਮਗਰ ਬੱਚੀ ਹੈ ਭਰਾਵੋ ਤੇ ਮਗਰ ਬੱਚੀ ਤੁਹਾਨੂੰ ਦਿਖਾ ਦਾਂਗੇ ਇੱਕ ਪਹਿਲੇ ਨੰਬਰ ਤੇ ਜਿਹੜੀ ਵੈਟ ਦਿਖਾਈ ਸੀ ਡੱਬੀ 3 ਦਿਨਾਂ ਦੀ ਸੂਈ ਉਹਦੇ ਮਗਰ ਵੀ ਬੱਚੀ ਸੀ ਉਹ ਵੀ ਆਪਾਂ ਬਿਲਕੁਲ ਤੁਹਾਨੂੰ ਦਿਖਾ ਦਾਂਗੇ ਦੋਨੋਂ ਬੱਚੀਆਂ ਨੇ 2 ਵੈਰਾਂ ਦੇ ਕੋਲ ਤੇ 8 ਕਿਲੋ ਬਿਲਕੁਲ ਜਿਹੜਾ ਹਾਜ਼ਰ ਦੋਗਾ 15 ਦਿਨਾਂ ਦੀ ਸੂਈ ਦੇ ਥੱਲੇ 8 ਕਿਲੋ ਠੀਕ ਹੈ ਜੀ ਤੇ ਮਗਰ ਲਈ ਤੁਹਾਨੂੰ ਜਿਹੜੀ ਤੇਲ ਆ ਉਲਟ ਪੈਣੀ ਵਾਲੇ ਪਾਸੇ 3 ਥਣ ਪ੍ਰੋਪਰ ਵਧੀਆ ਚੱਲਦੇ ਆ ਦਿਖਾ ਦਿਓ ਹੋਰ ਤੋਂ ਆਹ ਦਿਖਾ ਦਿਓ ਹਾਂਜੀ
ਰੇਟ ਭਾਅ ਪੜਤਾ ਵੀ ਜਿਹੜਾ ਦੋਸਤੋ ਬਿਲਕੁਲ ਜਾਇਜ਼ ਹੋਵੇਗਾ ਕਿਉਂਕਿ ਮਗਰਲੇ ਤੁਹਾਨੂੰ ਤੇਲ ਆ, ਠੀਕ ਆ। ਅਤੇ ਬਾਕੀ ਤਿੰਨ ਥਾਂ ਜਿਹੜੇ ਆ ਪ੍ਰੋਪਰ ਵਰਤਦੇ ਆ, ਕੋਈ ਵੀਰਾਂ ਦੀ ਜਵਾਈ ਕਰੇ ਤਿੰਨੇ ਥਾਂ ਜਵਾਈ ਦੇ ਵਿੱਚ ਬੈਸਟ ਆ, ਬਾਕੀ ਇੱਕ ਥਾਂ ਜਿਹੜਾ ਵੀਰਾਂ ਦਾ ਵੀ ਜਵਾਂਗਰੂ ਤੇਲ ਆ। ਬਜਿੱਤਰ ਭਾਈ ਫਿਰ ਇਹਦਾ ਲੈਣ ਦੇਣ ਕੀ ਕਰਦੇ ਪਏ? ਸੋਲਾਂ ਹਜ਼ਾਰ ਠੀਕ ਆ। ਬੱਚੇ ਜਿਹੜੇ ਹੈਗੇ ਦੋ ਬੱਚੀਆਂ ਦੇ ਮਗਰ, ਉਹ ਤੁਹਾਨੂੰ ਦਿਖਾ ਦਿੰਦੇ ਆ, ਆਹ ਮਗਰ ਬੱਚੀਆਂ ਜੀ, ਠੀਕ ਆ। ਜਿਹੜੀ ਆਹ ਉਰਲੀ ਬੱਸੀ ਪਹਿਲੇ ਨੰਬਰ 'ਤੇ, ਇਹ ਤਿਲ ਬੈਡ ਜਿਹੜੀ ਤੁਹਾਨੂੰ ਤੀਜੇ ਨੰਬਰ 'ਤੇ ਦਿਖਾਈ ਆ ਉਹਦੀ ਆ, ਅਤੇ ਉਹ ਪਹਿਲੇ ਨੰਬਰ 'ਤੇ ਜਿਹੜੀ ਡੱਬੀ ਬੈਡ ਤੁਹਾਨੂੰ ਦਿਖਾਈ ਆ, ਜਿਹਦੇ ਕੋਲ 12 ਕਿਲੋ ਹੋਣਾ ਬੋਲਾ, ਠੀਕ ਆ। 20 ਦੀ ਬੇਲਾਂ ਬਿਲਕੁਲ ਤਸੱਲੀ ਆ, ਅਤੇ ਅੱਜ ਤੀਜਾ ਦਿਨ ਹੋਇਆ ਸੁਣੀ ਬੋਲੇ ਦੇ ਵਿੱਚ ਆ, ਉਹਦੇ ਮਗਰ ਜਿਹੜੀ ਇਹ ਬੱਚੀ ਤੁਸੀਂ ਵੇਖ ਰਹੇ ਹੋ। ਅਤੇ ਬਾਕੀ ਬਚਿੱਤਰ ਭਾਈ ਇੱਕ ਆਪਣੇ ਨੰਬਰ ਜ਼ਰੂਰ ਭੈਣ ਭਰਾਵਾਂ ਨਾਲ ਸਾਂਝੇ ਕਰ ਦਿਓ, 88475 ਹਾਂਜੀ 82088 ਠੀਕ ਹੈ ਜੀ, 88475 ਹਾਂਜੀ 82088 ਠੀਕ ਹੈ ਵੀਰ। ਸੋ ਦੋਸਤੋ, ਇਹ ਸਨ ਮੇਰੇ ਨਾਲ ਵੀਰ ਬਚਿੱਤਰ ਸਿੰਘ, ਅਤੇ ਬਾਕੀ ਵੀਡੀਓ ਦੇ ਵਿੱਚ ਤੁਹਾਨੂੰ ਚਵਾਈ ਆ ਜਿਹੜੀ ਬਿਲਕੁਲ ਬੈਡ ਤਾਜ਼ੀ ਸੂਈ ਸੀਗੀ ਉਹਦੀ ਵੇਖਣ ਦੇ ਵਿੱਚ ਮਿਲ ਗਈ ਆ, ਤਸੱਲੀ ਦੇ ਨਾਲ ਦੇਖ ਲਿਓ ਵੀਡੀਓ ਨੂੰ, ਇੱਕ ਨਹੀਂ ਦੋ ਵਾਰ ਵੇਖ ਲਿਓ, ਉਸ ਤੋਂ ਬਾਅਦ ਤੁਸੀਂ ਓਨਰ ਦੇ ਨਾਲ ਸੌਦਾ ਕਰ ਸਕਦੇ ਹੋ। ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ, ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ।